ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਮੁਤਾਬਕ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 5 ਮੈਂਬਰ ਹਜੇ ਵੀ ਫਰਾਰ ਹਨ। ਇਹ ਗਰੋਹ ਹੁਣ ਤੱਕ 15 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਜਾਂਚ ਦੌਰਾਨ ਇੱਕ ਅੰਨੇ ਕਤਲ ਦਾ ਵੀ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਆਰੋਪੀ ਹਾਈਵੇ ਤੇ ਲੁੱਟ ਦੀਆਂ ਵਾਰਦਾਤਾਂ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ ਅਤੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡਾਂ ਵਿੱਚੋਂ ਮੱਝਾਂ ਚੋਰੀ ਕਰਦੇ ਸਨ, ਜਿਸ ਦੇ ਚਲਦੇ ਪਿੰਡ ਤਲਵੰਡੀ ਝੋਰਾ ਵਿੱਚ ਆਰੋਪੀਆਂ ਨੇ ਮੱਝਾਂ ਚੋਰੀ ਕਰਨ ਸਮੇਂ ਇੱਕ ਬਜ਼ੁਰਗ ਦਾ ਕਤਲ ਵੀ ਕੀਤਾ ਹੈ। SSP ਬਟਾਲਾ ਨੇ ਦੱਸਿਆ ਹੈ ਕਿ ਇਹ ਗਰੋਹ ਜ਼ਿਆਦਾਤਰ ਰਾਤ ਸਮੇਂ ਹਾਈਵੇ ਦੇ ਸਮਾਨ ਨਾਲ ਭਰੇ ਟੈਂਟਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਬਟਾਲਾ ਪੁਲਿਸ ਵੱਲੋਂ ਦੇ CA ਸਟਾਫ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਅੱਗੋਂ ਪੁੱਛਗਿੱਛ ਦੇ ਆਧਾਰ 'ਤੇ ਤਕਰੀਬਨ 14 ਵਾਰਦਾਤਾਂ ਜਿਹੜੀਆਂ ਟਰੇਸ ਹੋਈਆਂ ਨੇ, ਜਿਨ੍ਹਾਂ 'ਚ ਇੱਕ ਬਲਾਈਂਡ ਮਰਡਰ ਵੀ ਹੈ। ਇੱਕ ਤਲਵੰਡੀ ਝੀਰਾਂ ਪਿੰਡ 'ਚ ਬਜ਼ੁਰਗ ਦੀ ਨੂੰ ਮਾਰ ਕੇ ਅਤੇ ਮੱਝਾਂ ਚੋਰੀ ਕਰਕੇ ਲੈ ਗਏ ਸੀ। ਇਹਦੇ ਵਿੱਚ 2 ਸਨੈਚਿੰਗ ਕੇਸ ਨੇ ਜਿਹੜੇ ਹਾਈਵੇ ਤੋਂ ਕੈਂਟਰ ਫਰੂਟ ਦੇ ਲੱਦੇ ਸੀ ਉਹ ਖੋਲ੍ਹੇ ਗਏ, ਅਤੇ ਇਹਨਾਂ ਤੋਂ ਇਲਾਵਾ 10-11 ਕੇਸ ਨੇ ਜਿਹੜੀਆਂ ਅਲੱਗ ਅਲੱਗ ਪਿੰਡਾਂ ਤੋਂ ਮੱਝਾਂ ਚੋਰੀ ਕੀਤੀਆਂ ਨੇ। ਉਹਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਛ ਨਾਲ ਤਾਂ ਇਹਨਾਂ ਦੇ ਮੁਲਜ਼ਮ ਹੋਰ ਨੇ ਜਿਹੜਾ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੇ, ਉਹਨਾਂ ਦੀਆਂ ਵੀ ਸਾਡੇ ਪਾਲਟੀਆਂ ਗਈਆਂ ਨੇ, ਰੇਡ ਕਰ ਰਹੇ ਹਾਂ। ਅਜੇ ਇਹਨਾਂ 'ਚੋਂ ਹੋਰ ਚੋਰੀਆਂ ਵੀ ਟਰੇਸ ਆਉਂਦੀਆਂ, ਅਜੇ 2 ਕੀਤੇ ਗਏ ਇੱਦਾਂ ਦੀ। ਹਾਂ, ਇਹਨਾਂ ਇੱਕ ਲੁਧਿਆਣੇ ਤੋਂ ਕੈਂਟਰ ਚੋਰੀ ਕੀਤਾ ਸੀ, ਇਹਦੇ ਤੋਂ ਇਲਾਵਾ ਕੁਝ ਗੁਰਦਾਸਪੁਰ ਦੇ ਪਿੰਡਾਂ 'ਚੋਂ ਵੀ ਮੱਝਾਂ ਚੋਰੀ ਕੀਤੀਆਂ ਸੀ, ਕੁਝ ਅੰਮ੍ਰਿਤਸਰ ਰੂਰਲ ਦੇ ਇੱਕ ਪਿੰਡ ਤੋਂ ਵੀ ਮੱਝਾਂ ਚੋਰੀ ਕੀਤੀਆਂ, ਜਿਹੜੀਆਂ ਹੁਣ ਤੱਕ ਪੁੱਛਗਿੱਛ ਇਹਨਾਂ ਦੀ ਹੈਗੀ ਹੈ, ਪਰ ਹਜੇ ਤਫਤੀਸ਼ ਕਰਦੇ ਹਾਂ। ਫਿਲਹਾਲ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988-6645-47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ID ਹੈ feedback@khabarharpalindia.com।